ਫਿਰੋਜ਼ਪੁਰ ਵਿਖੇ ਅੱਜ ਯੂਥ ਕਾਂਗਰਸ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਲੈ ਕੇ ਸਾਬਕਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ, ਜਿੱਥੇ ਸੈਂਕੜਾਂ ਦੀ ਗਿਣਤੀ 'ਚ ਯੂਥ ਕਾਂਗਰਸ ਅਤੇ ਕਾਂਗਰਸ ਵਰਕਰਾਂ ਨੇ ਇਸ ਰੋਸ ਧਰਨੇ ਵਿੱਚ ਸ਼ਾਮਲ ਹੋ ਕੇ ਕਮਲ ਸ਼ਰਮਾ ਦੇ ਘਰ ਦਾ ਘਿਰਾਵ ਕਰਦਿਆਂ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਕਮਲ ਸ਼ਰਮਾ ਅਤੇ ਮੋਦੀ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਾਬਕਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਪੁਤਲਾ ਵੀ ਸਾੜਿਆ ਅਤੇ ਪਿੱਠ ਸਿਆਪਾ ਵੀ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸੀ ਵੱਲੋਂ ਸਾਬਕਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਤੇ ਦੋਸ਼ ਲਾਉਂਦਿਆਂ ਪੀਜੀਆਈ ਸੈਂਟਰ ਨੂੰ ਬਣਾਉਣ ਵਿੱਚ ਦੇਰੀ ਅਤੇ ਪੀਜੀਆਈ ਨੂੰ ਬਣਾਉਣ ਦੇ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਪੀਜੀਆਈ ਸੈਂਟਰ ਦੀ ਜ਼ਮੀਨ ਸ਼ਹਿਰ ਦੀ ਆਈਟੀਆਈ ਦੀ ਥਾਂ ਫਿਰੋਜ਼ਪੁਰ ਮੋਗਾ ਰੋਡ ਤੇ ਖੇਤੀਬਾੜੀ ਅਤੇ ਮੱਛੀ ਪਾਲਣ ਵਿਭਾਗ ਨੇੜੇ ਪਾਸ ਹੋ ਚੁੱਕੀ ਹੈ ਅਤੇ ਪੀਜੀਆਈ ਸੈਂਟਰ ਦੀ ਫਾਈਲ ਤੇ ਹੈਲਥ ਮਿਨਿਸਟਰ ਜੇਪੀ ਨੱਡਾ ਦੀ ਟੇਬਲ ਤੇ ਪਈ ਹੈ, ਲੇਕਿਨ ਉਸ ਦੀ ਪ੍ਰਵਾਨਗੀ ਨੂੰ ਕਮਲ ਸ਼ਰਮਾ ਵੱਲੋਂ ਸਿਆਸੀ ਦਖਲ ਦੇ ਨਾਲ ਮਨਜ਼ੂਰੀ ਨਹੀਂ ਮਿਲ ਰਹੀ। ਕਾਬਲੇ ਜ਼ਿਕਰ ਹੈ ਕਿ ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਬਣਾਉਣ ਨੂੰ ਲੈ ਕੇ ਅਕਾਲੀ ਭਾਜਪਾ ਤੇ ਕਾਂਗਰਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫਿਰੋਜ਼ਪੁਰ ਵਿਖੇ ਪੀਜੀਆਈ ਛੇਤੀ ਬਣਨ ਨੂੰ ਲੈ ਕੇ ਅਨੇਕਾਂ ਵਾਰ ਲੋਕਾਂ ਨੂੰ ਵਿਸ਼ਵਾਸ 'ਚ ਲਿਆ ਗਿਆ ਹੈ, ਪਰੰਤੂ ਇੱਥੋਂ ਦਾ ਬਣਨ ਵਾਲਾ ਪੀਜੀਆਈ ਹਸਪਤਾਲ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਦੀ ਭੇਟ ਚੜ੍ਹਦਾ ਜਾ ਰਿਹਾ ਹੈ। ਹੁਣ ਵੇਖਣਾ ਇਹ ਆ ਗਿਆ ਕਿ ਕਾਂਗਰਸ ਵੱਲੋਂ ਪੀਜੀਆਈ ਬਣਨ ਵਿੱਚ ਦੇਰੀ ਅਤੇ ਸੈਂਟਰ ਸਰਕਾਰ ਤੋਂ ਪ੍ਰਵਾਨਗੀ ਦੇਣ ਵਿੱਚ ਰੁਕਾਵਟ ਪੈਦਾ ਕਰਨ ਲਈ ਸਿੱਧੇ ਤੌਰ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੂੰ ਨਿਸ਼ਾਨਾ ਸਾਧਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੁਣ ਪੀਜੀਆਈ ਨੂੰ ਬਣਨ ਲਈ ਹੋਰ ਕਿੰਨਾ ਕੁ ਸਮਾਂ ਲੱਗਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਕੀਤਾ ਗਿਆ ਹੈ। ਇਸ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਜੋ ਸ਼ਹਿਰ ਵਾਸਤੇ ਪੀਜੀਆਈ ਹਸਪੀਟਲ ਸਰਦਾਰ ਪਰਮਿੰਦਰ ਸਿੰਘ ਪਿੰਕੀ ਨੇ ਯੂਪੀ ਸਰਕਾਰ ਤੋਂ ਪਾਸ ਕਰਵਾਇਆ ਸੀ, ਉਹ ਕਾਫੀ ਲੰਬੇ ਸਮੇਂ ਤੋਂ ਬੀਜੇਪੀ ਦੀਆਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ ਨਲਾਇਕੀ ਕਾਰਨ ਇੱਧਰ ਉੱਧਰ ਹੀ ਉਹ ਘੁੰਮ ਰਿਹਾ ਹੈ ਅਤੇ ਉਹਨੂੰ ਕੱਢ ਨਹੀਂ ਦੇ ਰਹੇ। ਹੁਣ ਵੀ ਅਸੀਂ ਪੰਜਾਬ ਗੌਰਮੈਂਟ ਤੋਂ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਨੇ ਜਗ੍ਹਾ ਮਨਜ਼ੂਰ ਕਰਵਾ ਕੇ ਜਿਹੜੀ ਉਹਨਾਂ ਨੂੰ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਦਿੱਤੀ, ਉਹਨਾਂ ਜਗ੍ਹਾ ਪਾਸ ਵੀ ਕਰ ਦਿੱਤੀ, ਉਹਨਾਂ ਦੀ ਟੀਮ ਨੂੰ ਵੀ ਇੱਥੇ ਆਈ ਸੀ। ਹੁਣ ਜਿਹੜੀ ਇਹਨਾਂ ਦੀ ਫਾਈਲ ਹੈ ਉਹ ਸੈਂਟਰ ਦੇ ਹੈਲਥ ਮਿਨਿਸਟਰ ਜੇਪੀ ਨੱਡਾ ਜੀ ਨੇ ਉਹਨਾਂ ਕੋਲ ਪਈ ਹੋਈ ਹੈ, ਸੋ ਕਮਲ ਸ਼ਰਮਾ ਜੀ ਉੱਥੇ ਡਿੱਕਾ ਉਡਾ ਰਹੇ ਨੇ, ਉਹ ਜਿਹੜੀ ਫਾਈਲ ਹੈ ਉਹਨੂੰ ਤਿਆਰ ਅੱਗੇ ਨਹੀਂ ਪਾਸ। ਕੀ ਕਾਰਨ ਹੈ ਜੀ ਵੀ ਕਿਉਂ ਇਹਨਾਂ ਦੀ ਮੰਸ਼ਾ ਵੀ ਇਹ ਹਸਪੀਟਲ ਨਾ ਬਣਿਆ? ਇਹ ਸਿਰਫ ਇਹੀ ਚਾਹੁੰਦੇ ਨੇ ਕਿ ਇਹਦੇ ਵਿੱਚ ਸ਼ਾਇਦ ਕੋਈ ਕਾਂਗਰਸ ਦਾ ਨਾਂ ਹੋ ਜੇ। ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਨਾ ਤੁਸੀਂ ਕਰ ਲਓ, ਤੁਸੀਂ ਅੱਗੇ ਲੱਗ ਕੇ ਕਰ ਲਓ, ਅਸੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ। ਜਿੱਥੇ ਕਹਿੰਦੇ ਜੇ ਅਸੀਂ ਉਹ ਮਿਨਿਸਟਰ ਸਾਹਿਬ ਕੋਲ ਜਾਣ ਨੂੰ ਤਿਆਰ ਹਾਂ ਕਿ ਉੱਥੋਂ ਫਾਈਲ ਪਾਸ ਕਰਵਾਉਣ। ਦੇਖੋ ਜੀ, ਪਹਿਲੇ ਤਾਂ 7 ਸਾਲ ਪਹਿਲੋਂ ਆਪਣੇ MLA ਮੌਜੂਦਾ MLA ਪਿੰਕੀ ਨੇ ਇਹਨੂੰ ਸੈਂਟਰ ਤੋਂ ਮਨਮੋਹਨ ਸਿੰਘ ਸਰਕਾਰ ਦੇ ਅਪਰੂਵ ਕਰਾਇਆ ਸੀ। ਉਦੋਂ ਫੰਡ ਵੀ ਆ ਗਏ ਸੀ, ਨਕਸ਼ੇ ਵੀ ਬਣ ਗਏ ਸੀ, ਸਾਰਾ ਕੁਝ ਹੋ ਗਿਆ। ਲੇਕਿਨ ਸੈਕਿੰਡ ਟਾਈਮ ਬਾਦਲ ਸਾਹਿਬ ਸਰਕਾਰ ਦੀ ਫਿਰ ਟਰਮ ਆ ਗਈ, ਉਹਦੇ ਵਿੱਚ 5 ਸਾਲ ਦਾ ਇਹਨੂੰ ਮਤਲਬ ਕਹਿ ਲਓ ਬਿਮਾਰੀ 'ਤੇ ਤਾਲਾ ਲਾ ਕੇ ਫਿਰ ਫਾਈਲ ਨੂੰ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ, ਇਹਦੇ ਵਿੱਚ ਪਿੰਕੀ ਜੀ ਨੇ ਉੱਦਮ ਕਰਕੇ ਜੋ ਅਪ ਟੂ ਡੇਟ ਕਰਨਾ ਸੀ ਇਸ ਫਾਈਲ ਨੂੰ ਕਰ ਦਿੱਤਾ। PGI ਦੀਆਂ ਜਿਹੜੀ ਕਮੇਟੀ ਆ ਉਹਦੀਆਂ ਮਤਲਬ ਬਹੁ ਗਿਣਤੀ ਵਿੱਚ ਇੰਸਪੈਕਸ਼ਨ ਹੋਈਆਂ ਫਿਰੋਜ਼ਪੁਰ ਵਿੱਚ, ਅਤੇ ਉਹ ਕਦਕਲਾ ਕੇ ਡਿਸਾਈਡ ਹੋਇਆ ਵੀ ਉਹ ਮਲਵਾਲ ਹੁਣ ਇਸ ਵੇਲੇ ਫਾਈਨਲ ਰੂਪ ਰੇਖਾ ਹੈ ਉਹ ਨੱਡਾ ਸਾਹਿਬ ਜੇਪੀ ਨੱਡਾ ਆਪਣੇ ਸੈਂਟਰ ਦੇ ਹੈਲਥ ਮਿਨਿਸਟਰ ਨੇ ਉਹਨਾਂ ਦੇ ਦਫ਼ਤਰ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਹੀ ਮਾਣਯੋਗ ਆਪਣੇ ਕਮਲ ਸ਼ਰਮਾ ਜੀ ਇਹਨਾਂ ਨੇ ਕੋਈ ਕਿਸੇ ਤਰੀਕੇ ਦੀ ਪੋਲੀਟੀਕਲ ਉਹਦੇ 'ਚ ਹਿੱਚ ਪੈਦਾ ਕੀਤੀ ਹੋਈ ਜਿਹਦੇ ਕਾਰਨ ਉਹ ਫਾਈਲ ਨਹੀਂ ਨਿਕਲਦੀ। ਹੁਣ ਉਹਦੇ ਇਨ ਬਿਟਵੀਨ ਕੁਛ ਨਹੀਂ ਇੰਕੁਆਇਰੀ ਕਰਨ ਵਾਲੀ ਰਹਿ ਗਈ, ਹੁਣ ਫਾਈਨਲ ਅਪਰੂਵਲ ਉਦੋਂ ਹੈਲਥ ਮਿਨਿਸਟਰੀ ਵੱਲੋਂ ਜਾਰੀ ਹੋਣੀ ਹੈ, ਉਹ ਮਿਨਿਸਟਰੀ ਵੱਲੋਂ ਜਾਰੀ ਹੋ ਗਈ ਅਤੇ PGI ਮਹੀਨੇ 2 ਮਹੀਨੇ ਜਦੋਂ ਕੰਟੈਕਟ ਹੋ ਗਈ। ਕੋਈ ਜਗ੍ਹਾ ਦਾ ਡਿਸਪਿਊਟ ਨਹੀਂ, ਜਗ੍ਹਾ ਤਾਂ ਡਿਸਾਈਡ ਹੋ ਚੁੱਕੀ, ਬਲਵਾਲ ਰੋਡ ਤੇ ਜਗ੍ਹਾ ਹੋ ਗਈ, ਮੱਛੀ ਪਾਲਣ ਦਫ਼ਤਰ ਦੇ ਮਗਰ ਪੱਤੀ। ਜੇ ਬੀਜੇਪੀ ਵਾਲਿਆਂ ਦਾ ਕਹਿਣਾ ਉਹ ਕਹਿੰਦੇ ਵੀ ਫਾਈਨਲ ਜਿਹੜੀ ਆ ਹਸਪੀਟਲ ਦੇ ਕੋਲ, ਕੁਝ ਨਾ ਕੁਝ ਤਾਂ ਉਹਨਾਂ ਨੇ ਵੀ ਕਹਿਣਾ ਨਾ। ਰੋਸ ਧਰਨਾ ਅੱਜ ਕਮਲ ਸ਼ਰਮਾ ਦੇ ਸਾਬਕਾ ਪੰਜਾਬ ਪ੍ਰਧਾਨ BJP ਦੇ ਜਿਹੜੇ ਉਹਨਾਂ ਦੇ ਘਰ ਅੱਗੇ ਦਿੱਤਾ ਗਿਆ, ਪੰਜਾਬ ਯੂਥ ਕਾਂਗਰਸ ਵੱਲੋਂ ਦਿੱਤਾ ਗਿਆ ਔਰ ਯੂਥ ਕਾਂਗਰਸ ਫਿਰੋਜ਼ਪੁਰ ਵੱਲੋਂ ਦਿੱਤਾ ਗਿਆ। ਔਰ ਇਸ ਵਾਸਤੇ ਦਿੱਤਾ ਗਿਆ ਹੈ ਕਿ ਸਾਡੀ ਜਦੋਂ ਸੈਂਟਰ ਦੇ ਅੰਦਰ UPA ਦੀ ਸਰਕਾਰ ਸੀਗੀ ਉਦੋਂ ਡਾਕਟਰ ਮਨਮੋਹਨ ਸਿੰਘ ਨੇ 2 PGI ਸੈਟੇਲਾਈਟ ਸੈਂਟਰ ਪੰਜਾਬ ਨੂੰ ਦਿੱਤੇ, ਜਿਹਦੇ 1 ਸੰਗਰੂਰ ਦਿੱਤਾ ਔਰ 1 ਫਿਰੋਜ਼ਪੁਰ ਦਿੱਤਾ। ਔਰ ਸੰਗਰੂਰ ਵਾਲਾ ਜਿਹੜਾ ਉਹ ਬਣ ਕੇ ਤਿਆਰ ਹੋਣ ਦੇ ਕਿਨਾਰੇ ਹੈ, ਲੇਕਿਨ ਜਿਹੜਾ ਫਿਰੋਜ਼ਪੁਰ ਵਾਲਾ PGI ਸੈਟੇਲਾਈਟ ਸੈਂਟਰ ਇਹ ਕਮਲ ਸ਼ਰਮੇ ਹਾਂ ਦੇ BJP ਵਾਲਿਆਂ ਨੇ ਸਿਆਸਤ ਦੀ ਭੇਟ ਚਾੜਦਾ। ਔਰ ਅੱਜ ਪੂਰਾ ਫਿਰੋਜ਼ਪੁਰ ਸਾਡੇ ਨਾਲ ਆਇਆ ਔਰ ਜਿਹੜੀ ਫਾਈਲ ਪਈ ਹੈ JP ਨੱਡਾ ਦੇ ਕੋਲ ਹੈਲਥ ਮਿਨਿਸਟਰ ਇੰਡੀਆ ਕੋਲ, ਉਹ ਕਮਲ ਸ਼ਰਮਾ ਜੀ ਨੇ ਜਾ ਕੇ ਉੱਥੋਂ ਰੁਕਵਾ ਦਿੱਤੀ ਹੈ। ਉਹ ਰਿਕਮੰਡ ਨਹੀਂ ਹੋਣ ਦਿੰਦੇ ਕਿ PGI ਸੈਂਟਰ ਜਿਹੜਾ ਫਿਰੋਜ਼ਪੁਰ ਦੇ ਅੰਦਰ ਜਿਹੜਾ ਨਾ ਬਣੇ, ਇਹ ਚਾਹੁੰਦੇ ਨੇ ਕਿ ਅੰਦਰ ਬਣੇ ITI ਵਾਲੀ ਜਗ੍ਹਾ 'ਤੇ, ਪਰ ਉੱਥੇ ਬਣ ਨਹੀਂ ਪਾ ਰਿਹਾ ਕਿਉਂਕਿ ਜਗ੍ਹਾ ਘੱਟ ਹੈ, 12 ਏਕੜ ਜਗ੍ਹਾ ਹੈ, ਉਹਨਾਂ ਨੂੰ ਘੱਟੋ ਘੱਟ 25 ਏਕੜ ਜਗ੍ਹਾ ਚਾਹੀਦੀ।
ਔਰ ਇਸਦੇ ਨਾਲ ਨਾਲ ਇਹਦੇ 'ਤੇ ਸਿਆਸਤ ਕਰਦੇ ਰਹੇ ਕਿ ਕਿਤੇ ਇਹਦਾ ਜਿਹੜਾ ਲਾਹਾ ਉਹ ਪਿੰਕੀ ਜੀ ਨਾਲ ਲੈ ਜਾਣ ਜਾਂ ਕਾਂਗਰਸ ਪਾਰਟੀ ਨਾਲ ਲੈ ਜੇ, ਪਰ ਅਸੀਂ ਕਹਿੰਦੇ ਹਾਂ ਕਿ ਕਮਲ ਸ਼ਰਮਾ ਜੀ ਆਪਦੇ ਨਾਂ 'ਤੇ ਭਾਵੇਂ ਖਬਰਾਂ ਲਵਾ ਲੈਣ, ਭਾਵੇਂ ਜਿਹਦੇ ਨਾਂ 'ਤੇ ਮਰਜ਼ੀ ਲਵਾ ਲੈਣ, ਆਪਦਾ ਲਾਹਾ ਲੈ ਲੈਣ। ਜਾਗਤੀ ਲੈ ਲਈ ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ।